ਭਗਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਭੈਣ ਤੇ ਜਲੰਧਰ ਸਾਬਕਾ MLA ਰਜਿੰਦਰ ਬੇਰੀ ਆਏ ਸਾਹਮਣੇ। ਸੋ ਦੱਸ ਦਈਏ ਕਿ ED ਦਫ਼ਤਰ ਬਾਹਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਤਾਂ ED ਨੇ ਭਗਤ ਭੂਸ਼ਣ ਆਸ਼ੂ ਨੂੰ ਤੰਗ ਕੀਤਾ ਤੇ ਹੁਣ ਬਿਨਾਂ ਸਬੂਤਾਂ ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਸ ਤੇ ਵੀ ਭਗਤ ਭੂਸ਼ਣ ਆਸ਼ੂ ਰਿਹਾਅ ਹੋ ਕੇ ਬਾਹਰ ਆ ਹੀ ਜਾਣਗੇ। ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਪਾਰਟੀ ਵੱਲੋਂ ਕਿਸੇ ਤਰੀਕੇ ਦਾ ਹੁਕਮ ਆਇਆ ਤਾਂ ਉਹਨਾਂ ਵੱਲੋਂ ED ਦਫ਼ਤਰ ਦੇ ਬਾਹਰ ਹੀ ਧਰਨਾ ਲਾਇਆ ਜਾਵੇਗਾ। 8 ਤੋਂ 9 ਘੰਟੇ ਹੋ ਗਏ ਜਿਹੜੀ ਪੁਲਿਸ ਪ੍ਰਸ਼ਾਸਨ ਚੱਲ ਰਹੀ ਹੈ, ਕਿਵੇਂ ਦੇ ਦਿਓ ਗ੍ਰਿਫਤਾਰੀ ਵੀ ਪਾ ਦਿੱਤੀ ਗਈ ਹੈ? ਦੇਖੋ, ਸਾਨੂੰ ਤਾਂ ਹੁਣੇ ਪਤਾ ਲੱਗਾ ਸੀਗਾ ਤੇ ਹੁਣ ਇਸੇ ਕਰਕੇ ਅਸੀਂ ਆਏ ਹਾਂ ਵੀ ਕੀ ਗੱਲ ਹੋਈ ਹੈ, ਔਰ ਜਿਹੜੀ ਗੱਲ ਵੀ ਹੋਈ ਮਾੜੀ ਗੱਲ ਹੋਈ ਹੈ, ਕਿਉਂਕਿ ਪਹਿਲਾਂ ਵਿਜੀਲੈਂਸ ਵਾਲਿਆਂ ਨੇ ਵੀ ਇਹਨਾਂ ਨੂੰ ਤੰਗ ਕੀਤਾ ਸੀ, ਉਹਨਾਂ ਨੇ ਵੀ ਕੋਈ ਨਹੀਂ ਲੱਭਿਆ, ਔਰ ਮੈਨੂੰ ਪੂਰਾ ਯਕੀਨ ਹੈ ਕਿ ਹੁਣ ED ਵਾਲਿਆਂ ਕੋਲੋਂ ਵੀ ਇਹਨਾਂ ਕੋਲੋਂ ਕੋਈ ਨਹੀਂ ਲੱਭਣਾ। ਵਧੀਆ ਇਨਸਾਨ ਸੀਗੇ। ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ? ਇਹ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ ਜੀ ਪਾਰਟੀ ਨੂੰ ਨੁਕਸਾਨ ਵਾਸਤੇ, ਇਸ ਕਰਕੇ ਪਹਿਲਾਂ ਵੀ ਇਹਨਾਂ ਨੂੰ ਖਰਾਬ ਕੀਤਾ ਗਿਆ, ਹੁਣ ਫਿਰ ED ਦੇ ਥਰੂ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ। ਪ੍ਰਧਾਨ ਜੀ ਨਾਲ ਗੱਲ ਹੋਈ ਤੁਹਾਡੀ? ਹਾਂ, ਮੇਰੀ ਹੁਣੇ ਪ੍ਰਧਾਨ ਜੀ ਨਾਲ ਗੱਲ ਹੋਈ ਹੈ। ਕੀ ਕਹਿੰਦੇ ਹੋ? ਉਹਨਾਂ ਨੇ ਵੀ ਇਹੀ ਮੈਨੂੰ ਮੈਸੇਜ ਇਹੀ ਆਇਆ ਸੀਗਾ ਚੰਡੀਗੜ੍ਹੋਂ ਕਿ ਇੱਦਾਂ ਦਾ ਪਤਾ ਕਰੋ ਤੁਸੀਂ ਵੀ ਕੀ ਗੱਲਬਾਤ ਹੈਗੀ ਹੈ, ਔਰ ਮੈਂ ਇਸੇ ਕਰਕੇ ਹਾਂ। ਹੁਣ ਬਾਕੀ ਸਾਰੀ ਗੱਲਬਾਤ ਤੁਹਾਡੇ ਤੋਂ ਪਤਾ ਲੱਗੀ। ED ਆਫੀਸਰ ਨਾਲ ਗੱਲਬਾਤ ਕਰੋਗੇ ਜਾ ਕੇ? ਦੇਖੋ, ਜੇ ਕਰਨ ਦੇਣਗੇ ਤਾਂ ਫਿਰ ਕਰਾਂਗੇ ਗੱਲਬਾਤ। ਵੀਰ ਸਾਹਿਬ, ਤੁਸੀਂ ਕਹਿ ਰਹੇ ਕਿ ED ਪਹਿਲਾਂ ਵਿਜੀਲੈਂਸ ਕੁਛ ਲੱਭਿਆ, ਹੁਣ ED ਨੂੰ ਕੁਛ ਲੱਭਿਆ, ਪਰ ਉਹ ਅੰਤਰਜੋ ਸੂਤਰ ਕੀ ਗ੍ਰਿਫਤਾਰੀ ਪੈ ਗਈ ਹੈ? ਦੇਖੋ, ਜੇ ਨਹੀਂ ਕੁਛ ਲੱਭਿਆ ਫਿਰ ਗ੍ਰਿਫਤਾਰੀ ਪਹਿਲਾਂ ਕਿ ਗ੍ਰਿਫਤਾਰੀ ਤਾਂ ਦੇਖੋ ਜੀ, ਜਿਹਨੂੰ ਮਰਜ਼ੀ ਪਾ ਸਕਦੇ ਆ। ਅੱਗੇ ਵੀ ਆਪਾਂ ਦੇਖਿਆ ਹੀ ਹੈ ਜੀ ਵੀ ਜਿਹਦੇ ਦਿਲ ਕਰਦਾ ਹੈ ਜਿਹੜੇ ਤੇ ਵੀ ਉਹਦੇ ਤੇ ਗ੍ਰਿਫਤਾਰੀ ਪਾ ਦਿੰਦੇ ਆ, ਔਰ ਜਦੋਂ ਕੇਸ ਚੱਲਦਾ ਉਸ ਤੋਂ ਬਾਅਦ ਕੁਛ ਵੀ ਨਹੀਂ ਬਰਾਮਦ ਹੁੰਦਾ। ਕੀ ਕਾਰਨ ਸਮਝਦੇ ਇਸ ਦੇ ਵਿੱਚ? ਜਾਣ ਕੇ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਆ ਕਾਂਗਰਸ ਪਾਰਟੀ ਦੇ ਜਿੰਨੇ ਵੀ ਆਗੂ ਨੇ ਜਾਂ ਜਿੰਨੇ ਵੀ ਨੇਤਾ, ਉਹਨਾਂ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ। ਪਹਿਲਾਂ ਆਪ ਸਰਕਾਰ ਨੇ ਇਹਨਾਂ ਨੂੰ ਕੀਤਾ, ਹੁਣ ਸੈਂਟਰ ਦੀ ਸਰਕਾਰ ਜਾਣ ਬੁੱਝ ਕੇ ਇਹਨਾਂ ਨੂੰ ਕਰ ਰਹੀ ਹੈ। ਪੋਲੀਟੀਕਲ ਵੈਂਡੇਟਾ ਦੇ? ਹਾਂ, ਪੋਲੀਟੀਕਲ ਹੀ ਹੈ, ਬਿਲਕੁਲ ਪੋਲੀਟੀਕਲ ਪਾਰਟੀ। ਹਾਂ, ਸਵੇਰ ਦੇ ਤਕਰੀਬਨ 10 ਵਜੇ ਦੇ ਆਏ ਹੈਗੇ, ਕੋਈ ਲੀਡਰਸ਼ਿਪ ਜਾਂ ਤੁਸੀਂ ਵੀ ਹੁਣ ਆਏਗੇ? ਨਹੀਂ, ਮੈਂ ਪਹਿਲਾਂ ਚੱਕਰ ਪਾਰਟੀ ਨਾਲ ਕਿਉਂ ਨਹੀਂ ਨਾਲ? ਮੈਨੂੰ ਨਹੀਂ ਪਤਾ ਲੱਗਾ, ਮੈਂ ਪਹਿਲਾਂ ਸਵੇਰੇ ਇੱਕ ਚੱਕਰ ਲਾਇਆ ਸੀ 10:30 ਵਜੇ, ਉਦੋਂ ਇਹ ਕਹਿੰਦੇ ਸੀ ਵੀ ਘੰਟੇ ਡੇਢ ਘੰਟੇ ਤੱਕ ਇਹਨਾਂ ਨੂੰ ਫ੍ਰੀ ਕਰ ਦੇਣਾ। ਮੈਨੂੰ ਇਹ ਸੀਗਾ ਵੀ ਸ਼ਾਇਦ ਚਲੇ ਗਏ, ਔਰ ਹੁਣ ਮੈਨੂੰ ਪਤਾ ਲੱਗਾ ਕਿ ਅਜੇ ਤੱਕ ਨਹੀਂ ਇਹਨਾਂ ਨੂੰ ਭੇਜਿਆ, ਇਸ ਕਰਕੇ ਹੁਣ ਆਏ ਸੀਗੇ ਅਸੀਂ। ਦੇਖੋ, ਜੋ ਹਾਈਕਮਾਨ ਦਾ ਹੁਕਮ ਆਏਗਾ, ਪਰ ਜਿੱਦਾਂ ਉਹ ਕਹਿਣਗੇ ਉਸੇ ਤਰ੍ਹਾਂ ਨਾਲ ਅਸੀਂ ਚੱਲਾਂਗੇ। ਸਾਰੀ ਹਾਈਕਮਾਨ ਸਾਰੇ ਅਸੀਂ ਆਸ਼ੂ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ। ਠੀਕ ਹੈ, ਠੀਕ ਹੈ, ਹਾਂਜੀ।